ਮਿਲਤ ਟਰੈਕਟਰ ਦਾ ਜਨਾਬ 385 ਟਰੈਕਟਰ ਦੀ ਜਾਨ ਵੇਖੋ ਅਤੇ ਇਹਦੇ ਕਿਰਦਾਰ ਵੇਖੋ, ਇਹਦੇ ਕੰਮ ਵੇਖੋ। ਕਿਸਾਨ ਪਾਕਿਸਤਾਨ ਵਿੱਚ ਤਮਾਮ ਦੋਸਤਾਂ ਨੂੰ ਖੁਸ਼ ਆਮਦੀਦ, ਔਰ ਪਹਿਲੇ ਅਸੀਂ ਦੁਆ ਕਰਾਂਗੇ ਕਿ ਜਿਹੜੇ ਬਾਈ ਦਾ ਇਹ ਜਨਾਬ ਟਰੈਕਟਰ ਟੁੱਟਿਆ, ਅੱਲਾਹ ਤਾਲਾ ਉਹਦੀ ਗੈਬੀ ਤਰੀਕੇ ਨਾਲ ਉਹਦੀ ਮਦਦ ਕਰੇ ਅਤੇ ਉਹਦਾ ਨੁਕਸਾਨ ਅੱਲਾਹ ਤਾਲਾ ਪੂਰਾ ਕਰੇ। ਬਾਕੀ ਜਨਾਬ ਨੁਕਸਾਨ ਮੁਕਦਰਾਂ ਨਾਲ ਵੀ ਹੁੰਦੇ ਨੇ, ਲੇਕਿਨ ਕਾਫੀ ਦਿਨਾਂ ਤੋਂ ਅਸੀਂ ਕਰ ਲਾਏ ਜਾਂਦੇ ਹਾਂ ਕਿ ਇਹ ਜਿਹੜਾ ਮਿਲਤ ਦਾ ਮਟੀਰੀਅਲ ਹੈ ਨਾ, ਇਹ ਦਿਨ ਬ ਦਿਨ ਨਾਕਸ ਹੋਇਆ ਜਾਂਦਾ ਹੈ, ਲੇਕਿਨ ਲੋਕ ਇਸ ਗੱਲ ਨੂੰ ਵੀ ਨਹੀਂ ਵੇਖ ਰਹੇ। ਅਸੀਂ ਬਸ ਇਹ ਦੇਖਦੇ ਹਾਂ ਕਿ ਜੀ ਇਹਨਾਂ ਟਰੈਕਟਰਾਂ ਉੱਤੇ ਬੰਦਾ ਬੈਠਾ ਹੋਇਆ ਚੌਧਰੀ ਲੱਗਦਾ, ਲੇਕਿਨ ਚੌਧਰੀ ਲੱਗਦਾ ਹੈ ਅਤੇ ਆਪਾਂ ਚੌਧਰੀ ਸਮਝ ਕੇ ਬਣਨ ਵਾਸਤੇ ਇਹ ਟਰੈਕਟਰ ਲੈ ਲੈਂਦੇ ਹਾਂ, ਲੇਕਿਨ ਕੰਪਨੀਆਂ ਇਹਨਾਂ ਗੱਲਾਂ ਨੂੰ ਨਹੀਂ ਸੋਚਦੀਆਂ। ਦਿਨ ਬ ਦਿਨ ਨਾਕਸ ਮਟੀਰੀਅਲ ਦੇ ਰਹੇ ਨੇ ਜਿਹਦੇ ਕਰਕੇ ਟਰੈਕਟਰ ਟੁੱਟ ਰਹੇ ਨੇ। ਇਹ ਜਨਾਬ ਤੁਹਾਨੂੰ ਡਰਾਈਵਰ ਬਾਏ ਦਾ ਇੰਟਰਵਿਊ ਪਹਿਲੇ ਸੁਣਾ ਲਾਂ। ਇਹਦੀ ਸੈਲਗ ਮਸ਼ੀਨ ਕਰਦੇ ਪੈਸੇ, ਮੱਕੀ ਦੇ ਸੈਲਗ ਬਣਾਉਂਦੇ ਪੈਸੇ, ਟਰਾਲੀ ਪਿੱਛੇ ਪਾਏ ਸੀ ਅਤੇ ਬੰਨਾ ਜੀ ਆਏ, ਬੰਨੇ 'ਤੇ ਚੜ੍ਹਿਆ ਅਤੇ ਬਸ ਉੱਥੇ ਕੜਾਕ ਹੋਇਆ ਜੀ। ਹਾਂ ਸੁਣਿਆ ਦੋਸਤੋ ਤੁਸੀਂ, ਇਹ ਸਿਰਫ ਜੀ ਬੰਨੇ ਤੋਂ ਲੱਗਿਆ, ਇੱਕ ਵੱਟ ਤੋਂ ਲੱਗਿਆ ਹੈ ਅਤੇ ਬੱਬਰ ਸ਼ੇਰ ਹੋ ਗਿਆ ਢੇਰ। ਅਤੇ ਬਾਕੀ ਅੱਲਾ ਹੀ ਹਾਫਿਜ਼ ਹੈ ਜੀ ਇਸ ਆਵਾਮ ਦਾ ਵੀ ਔਰ ਇਹਨਾਂ ਕੰਪਨੀਆਂ ਦਾ ਵੀ। ਇਹਨਾਂ ਕੰਪਨੀਆਂ ਦਾ ਕੱਖ ਨਹੀਂ ਪੱਲੇ ਛੱਡਿਆ ਇਸ ਮਟੀਰੀਅਲ ਦੇ, ਔਰ ਕਿਸਾਨਾਂ ਨੂੰ ਜਨਾਬ ਖਾਧੀ ਜਾਂਦੀਆਂ ਨੇ ਕੰਪਨੀਆਂ। ਕਮ ਜ਼ ਕਮ ਆਪਣਾ ਮਿਆਰ ਹੀ ਬਿਹਤਰ ਕਰ ਲਓ ਤੁਸੀਂ, ਅੱਛੀ ਟੈਕਨੋਲੋਜੀ ਜਾਂ ਸਾਨੂੰ ਅੱਛੇ ਫੀਚਰ ਟਰੈਕਟਰਾਂ ਵਿੱਚ ਕੀ ਦੇਣੇ। ਇਹ ਗੱਲ ਬਾਰ ਬਾਰ ਕਹੀ ਜਾਂਦੇ ਹਾਂ ਕਿ ਸਾਨੂੰ ਮਿਆਰ ਦੇ ਦਿਓ, ਸਾਨੂੰ ਮਟੀਰੀਅਲ ਅੱਛਾ ਕਰ ਦਿਓ, ਲੇਕਿਨ ਇਹਨਾਂ ਦੀ ਕੰਨ ਜੂਨ ਨਹੀਂ ਰਿੰਗ ਰਹੀ। ਦੋਸਤੋ ਇਹ ਤਦ ਹੀ ਹੋਵੇਗਾ ਜਦੋਂ ਅਸੀਂ ਇਹਨਾਂ ਇਸ ਗਲਤ ਮਟੀਰੀਅਲ ਦਾ, ਇਸ ਗੰਦੇ ਮਟੀਰੀਅਲ ਦਾ ਬਾਈਕਾਟ ਕਰਾਂਗੇ ਔਰ ਆਉਣ ਵਾਲੀਆਂ ਕੰਪਨੀਆਂ ਨੂੰ ਮੌਕਾ ਦੇਵਾਂਗੇ। ਜਿਵੇਂ ਕਹਿੰਦੇ ਮੱਦੇ ਮੁਕਾਬਲ ਹੁਣ ਬੁੱਲ ਪਾਵਰ ਟਰੈਕਟਰ ਹੈ, ਸਾਨੂੰ ਲੱਖ ਰੁਪਈਆ ਸਸਤਾ ਵੀ ਮਿਲ ਰਿਹਾ ਹੈ ਔਰ ਅੱਛਾ ਮਟੀਰੀਅਲ ਵੀ ਮਿਲ ਰਿਹਾ। ਅਤੇ ਦੋਸਤੋ ਕੋਸ਼ਿਸ਼ ਕਰਨੀ ਚਾਹੀਦੀ ਹੈ, ਸੇਮ ਟੈਕਨੋਲੋਜੀ ਹੈ, ਅੱਛੀ ਕੁਆਲਿਟੀ ਹੈ ਔਰ ਅਸੀਂ ਉਹਨੂੰ ਇਸਤੇਮਾਲ ਕਰਦੇ ਹੋਏ ਇਸ ਗਲਤ ਮਟੀਰੀਅਲ ਦਾ ਬਾਈਕਾਟ ਕਰੀਏ, ਔਰ ਤਦ ਵੀ ਜਾ ਕੇ ਇਹ ਕੰਪਨੀਆਂ ਸੁਧਰਨਗੀਆਂ, ਸਾਡੇ ਕਿਸਾਨਾਂ ਨੂੰ ਅੱਛੀ ਕੁਆਲਿਟੀ ਕਮ ਜ਼ ਕਮ ਦੇ ਸਕਣਗੀਆਂ। ਅਗਰ ਸਾਨੂੰ ਅੱਛੀ ਟੈਕਨੋਲੋਜੀ ਔਰ ਜਦੀਦ ਟੈਕਨੋਲੋਜੀ ਨਹੀਂ ਦੇ ਸਕਦੇ ਤਾਂ ਕਮ ਜ਼ ਕਮ ਅੱਛੀ ਕੁਆਲਿਟੀ ਤਾਂ ਦੇ ਸਕਣ। ਬਾਕੀ ਦੋਸਤੋ ਅਗਰ ਆਪਾਂ ਅੱਛੀ ਟੈਕਨੋਲੋਜੀ ਦੀ ਤਰਫ ਜਾਣਾ ਹੈ, ਡੀਜ਼ਲ ਦੀ ਖਪਤ ਕਮ ਹੋਵੇ, ਟਾਈਮ ਦੀ ਬੱਚਤ ਹੋਵੇ, ਤਾਂ ਸਾਨੂੰ ਨਿਊ ਜਿਹੜੀਆਂ ਕੰਪਨੀਆਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਔਰ ਉਹਨਾਂ ਨੂੰ ਮੌਕਾ ਦੇ ਕੇ ਤਾਂ ਉਹਨਾਂ ਨੂੰ ਇੱਥੇ ਕਾਮਯਾਬ ਕਰਨਾ ਚਾਹੀਦਾ, ਇਹਨਾਂ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਖੜਾ ਕਰਨਾ ਚਾਹੀਦਾ ਕਿ ਤਾਂ ਕਿ ਆਪਾਂ ਨੂੰ ਅੱਛਾ ਮਟੀਰੀਅਲ ਔਰ ਅੱਛੀ ਟੈਕਨੋਲੋਜੀ ਆਪਾਂ ਬਾਕੀ ਦੁਨੀਆ ਤਰ੍ਹਾਂ ਚਲਾ ਸਕੀਏ। ਅਗਰ ਦੋਸਤੋ ਆਪਾਂ ਇਸ ਜ਼ਿੱਦ ਵਿੱਚ ਹੀ ਰਹਿਣਾ ਹੈ ਕਿ ਇਹਨਾਂ ਟਰੈਕਟਰਾਂ ਦੇ ਉੱਤੇ ਜੀ ਬੰਦਾ ਚੌਧਰੀ ਲੱਗਦਾ, ਅਤੇ ਫਿਰ ਦੋਸਤੋ ਐਸਾ ਨਾਕਸ ਮਟੀਰੀਅਲ ਹੀ ਆਪਾਂ ਨੂੰ ਮਿਲਣਾ, ਇਹ ਹੀ ਆਪਾਂ ਨੂੰ ਚਲਾਉਣਾ ਪੈਣਾ। ਅੱਲਾ ਜਨਾਬ ਸਭ ਦੋਸਤਾਂ ਦੀ ਮਾਲੋ ਜਾਨ ਦੀ ਹਿਫਾਜ਼ਤ ਕਰੇ, ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ, ਅੱਲਾ ਨਿਗਹਿਬਾਨ।